ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਭੈਣ ਭਰਾਓ ਅਤੇ ਮੇਰੇ ਬੱਚਿਓ, ਮੈਂ ਨਾ ਅੱਜ ਕੇਕ ਬਣਾ ਰਹੀ ਹਾਂ ਹਜ਼ਰਤ ਅਬੂ ਤਾਲਬ ਦੀ ਵਿਲਾਦਤ ਬਾਬ ਫਾਦਰ ਦੇ ਮੌਕੇ 'ਤੇ। ਮੌਲਾ ਅਲੀ ਦੇ ਬਾਪ ਦੀ ਵਿਲਾਦਤ ਦਾ ਦਿਨ ਆ। ਮੌਲਾ ਸਭ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰਨ। ਮੌਲਾ ਅਲੀ ਦੇ ਬਾਪ ਦੇ ਸਦਕੇ 'ਚ ਹਜ਼ਰਤ ਅਬੂ ਤਾਲਬ ਦੇ, ਹਜ਼ਰਤ ਅਬੂ ਤਾਲਬ ਨਾਲ ਇਸ ਲਈ ਦੁਸ਼ਮਣੀ ਸੀ ਲੋਕਾਂ ਦੀ ਕਿ ਉਹ ਮੌਲਾ ਅਲੀ ਦੇ ਬਾਪ ਸੀ। ਅਸੀਂ ਹੁਣ ਨਾ 3 ਅੰਡੇ ਲੈ ਲਏ ਹਾਂ, ਇਹ ਮੈਂ ਪਾ ਲਵਾਂਗੀ। ਔਰ ਇਹ ਰਾਣੀ ਨੇ ਮੇਰਾ ਦਿਮਾਗ ਖਰਾਬ ਕੀਤਾ ਹੋਇਆ। ਇਹ ਰਾਣੀ ਸਾਡੀ ਬਹੁਤ ਪੁਰਾਣੀ ਆ ਕੰਮ ਕਰਨ ਵਾਲੀ। ਇਹਦੀ ਬੇਟੀ ਮੇਰੇ ਕੰਮ ਕਰਦੀ ਸੀ, ਪਰਵੇਸ਼ਾ, ਉਹਨੇ 12 ਸਾਲ ਕੰਮ ਕੀਤਾ, ਉਹਦੀ ਹੁਣ ਸ਼ਾਦੀ ਹੋ ਗਈ। ਅਤੇ ਇਹ ਮੇਰਾ ਦਿਮਾਗ ਬਹੁਤ ਖਾਂਦੀ ਰਹਿੰਦੀ, ਬਹੁਤ ਦਿਮਾਗ ਮੇਰਾ ਖਰਾਬ ਕਰਦੀ ਰਾਣੀ। ਇਹ ਮੈਨੂੰ ਕੰਮ ਨਹੀਂ ਕਰਨ ਦਿੰਦੀ ਹੈ, ਕਹਿੰਦੀ ਗੱਲਾਂ ਕਰ। ਹਲੋ, ਆਹ 3 ਹੁਣ ਮੈਂ ਅੰਡੇ ਵਿੱਚ ਪਾ ਲਏ। ਓਕੇ, ਅਸੀਂ 3 ਕੱਪ ਲੈਣਾ ਮੈਦਾ ਅਤੇ ਹਲੋ 1.5 ਕੱਪ ਮੈਂ ਚੀਨੀ ਲੈ ਲਵਾਂ, ਕਿਉਂਕਿ ਮਿੱਠਾ ਸਾਡਾ ਕੱਪ। ਡੇਢ ਕੱਪ ਹੀ ਮੈਂ ਆਇਲ ਦਾ ਪਾਵਾਂਗੀ। ਇਹਨੂੰ ਰਾਣੀ ਨੂੰ ਹੁੰਦਾ ਵੀ ਮੈਂ ਜਲਦੀ ਜਲਦੀ ਕੰਮ ਕਰਾਂ ਅਤੇ ਦੌੜਾਂ ਲਾ ਜਾਵਾਂ, ਇਸ ਲਈ ਇਹ ਫਿਰ ਕਹਿੰਦੀ ਬਾਜੀ ਜਲਦੀ ਕਰ ਜਲਦੀ ਕਰ। ਮੈਂ ਮੌਲਾ ਦੀ ਵਿਲਾਦਤ ਦੇ ਸਦਕੇ ਅੱਜ ਦੇ ਦਿਨ ਦੇ ਵਿੱਚ ਮੌਲਾ ਸਭ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰਨ। ਆ 1.5 ਕੱਪ ਮੈਂ ਹੁਣ ਪਾ ਲਿਆ ਵਿੱਚ ਆਇਲ ਦਾ, ਹੁਣ ਮੈਂ ਇਹਨੂੰ ਗ੍ਰੈਂਡ ਕਰ ਲੈਂਦੀ। ਇਹ ਨਾ ਹੁਣ ਅਸੀਂ ਸ਼ੇਕ ਕਰ ਲਿਆ, ਇਹਦੇ 'ਚ ਮੈਂ ਥੋੜ੍ਹਾ ਜਿਹਾ ਇਲਾਇਚੀ ਪਾਊਡਰ ਪਾ ਦਿੱਤਾ ਸੀ, ਇਹ ਹੁਣ ਇਹਦੇ ਵਿੱਚ ਅਸੀਂ ਪਾ ਦਿੱਤਾ। ਚੰਗੀ ਤਰ੍ਹਾਂ ਅਸੀਂ ਕੱਢ ਲਾਂਗੇ, ਜ਼ਾਇਆ ਨਹੀਂ ਹੋਣ ਦੇਵਾਂਗੇ। ਅਸੀਂ ਹੁਣ 3 ਕੱਪ ਮੈਦਾ ਲੈ ਲਿਆ, ਉਸ ਮੈਦੇ ਨੂੰ ਅਸੀਂ ਹੁਣ ਛਾਣ ਲਾਂਗੇ। ਮੈਂ ਨਾ ਇਹਦੀ ਫਰਮਾਇਸ਼ ਕਰਕੇ ਰੱਖੀ ਸੀ ਅੱਜ, ਇਹਦੇ ਨਾਲ ਆਇਲ ਔਰ ਚੀਨੀ ਅਸੀਂ ਕੀਤੀ ਆ ਉਹਦੇ ਨਾਲ ਹੀ ਕਰਕੇ, ਅਤੇ ਯਾਨੀ 3 ਪਾਉਣ ਦਾ ਸਾਡਾ ਕੇਕ ਬਣੇਗਾ। ਮੈਂ ਜਿਹੜਾ ਲਿਆ ਇਹਨੂੰ ਹੁਣ ਛਾਣ ਲਾਂਗਾ, ਕਿਉਂਕਿ ਇਹਦੀ ਹਵਾ ਵੀ ਨਿਕਲ ਜਾਏਗੀ ਜ਼ਰਾ, ਅਤੇ ਕੋਈ ਚੀਜ਼ ਵੀ ਹੋਏਗੀ ਤਾਂ ਨਿਕਲ ਜਾਏ। ਇਹ ਨਾ ਹੁਣ ਸਾਰਾ ਕੁਛ ਵਿੱਚ ਪਾ ਲਿਆ, ਇਹਦੇ 'ਚ ਮੈਂ ਮਿਕਸ ਕਰ ਲਿਆ। ਮੈਂ ਜੇ ਸ਼ਲਫਾਂ ਤਾਂ ਕਰਨ ਵਾਲੀਆਂ ਰਾਣੀਆਂ, ਫਿਰ ਤੱਪੜੀ ਤੋਂ ਪਹਿਲੇ ਆਓ, ਫਿਰ ਤੱਪੜੀ ਤੋਂ ਪਹਿਲੇ ਕਰ ਲਿਆ।
ਸੀ ਨਾ, ਹੁਣ ਇਹਦੇ ਥੋੜ੍ਹਾ ਜਿਹਾ ਦੁੱਧ ਪਾ ਲਾਂਗੇ, ਅੱਧਾ ਕੱਪ ਦੁੱਧ ਪਾ ਦਿੱਤਾ, ਸਾਡਾ ਮੈਟਰ ਸਖਤ ਨਾ ਹੋਵੇ। ਨਾ ਅਸੀਂ ਇੱਕ ਚਮਚ ਪਾ ਦਾਂਗੇ ਬੇਕਿੰਗ ਪਾਊਡਰ ਦਾ, ਅੱਧਾ ਚਮਚ, ਅੱਧੇ ਤੋਂ ਥੋੜ੍ਹਾ ਅਸੀਂ ਪਾ ਦਿੱਤਾ ਮਿੱਠੇ ਸੋਡੇ ਦਾ, ਸਥਾਈ ਖਿੱਸਾ ਨਹੀਂ ਰਹਿਣ ਦੇਵਾਂਗੇ ਅਸੀਂ ਅੱਛੀ ਤਰ੍ਹਾਂ। ਇਹ ਮਿਕਸ ਹੋ ਗਿਆ ਸਾਡਾ, ਇਹਦੇ 'ਚ ਮੈਂ ਅੱਧਾ ਕੱਢ ਲਵਾਂਗੀ ਅਸੀਂ, ਕਿਉਂਕਿ ਚੋਕਲੇਟ ਵਾਲਾ ਔਰ ਸਾਦਾ ਕੇਕ ਬਣਾਉਣਾ। ਦੇਖਣਾ ਹੁਣ ਅਸੀਂ ਕੋਕੋ ਪਾਊਡਰ ਪਾ ਦੇਵਾਂਗੇ ਇੱਕ ਚਮਚ, ਕਟੋਰੇ ਨੂੰ ਅਸੀਂ ਆਇਲ ਲਾ ਲਿਆ ਵਾ ਸਾਡੇ ਕੋਲ ਹੈ ਨਹੀਂ ਵਿੱਚ ਪਾਉਣ ਵਾਸਤੇ ਨਾ ਬਟਰ ਪੇਪਰ, ਅਤੇ ਇਹ ਹੁਣ ਅਸੀਂ ਇਹਦੇ 'ਚ ਪਾ ਦੇਵਾਂਗੇ, ਇਹਦੇ ਉੱਤੇ ਅਸੀਂ ਇਹ ਪਾ ਦੇਵਾਂਗੇ ਹੁਣ ਸਾਰਾ। ਸਾਰਾ ਨਾ ਇਸ ਤਰ੍ਹਾਂ ਸਾਰੇ ਦੇ ਉੱਤੇ ਫੈਲਾ ਦਿਓ। ਅਸੀਂ ਸਾਰੇ ਦੇ ਉੱਤੇ ਪਾ ਦਿੱਤਾ,
ਤਰ੍ਹਾਂ ਮੈਂ ਹੱਥਾਂ ਦਾ ਇਸਤੇਮਾਲ ਕਰਾਂ। ਠਹਿਰ ਜਾ ਜ਼ਰਾ, ਕਰ ਲਾ ਫਿਰ। ਇਸ ਤਰ੍ਹਾਂ ਅਸੀਂ ਪਾ ਦਿੱਤਾ ਸਾਰਾ। ਨਹੀਂ ਆਪਣਾ ਕੰਮ ਨਿਬੇੜਨ ਦਾ ਇਸ ਤਰ੍ਹਾਂ ਇਹ ਹੁਣ ਉੱਤੇ ਅਸੀਂ ਸਾਰੇ ਦੇ ਪਾਤਾ, ਹੁਣ ਉੱਤੇ ਅਸੀਂ ਆ ਜ਼ਰਾ ਡਿਜ਼ਾਇਨ ਪਾਤਾ। ਅਸੀਂ ਇਹਦੇ ਵਿੱਚ ਪਾ ਦਾ ਸਮਾਨ ਦੇ ਹਿੱਸੇ ਚ। ਹੁਣ ਅਸੀਂ ਇਸ ਤਰ੍ਹਾਂ ਇਹਦੀ ਡਿਜ਼ਾਇਨ ਕਰਦੇ ਹਾਂ। ਇਹ ਦੇਖੋ ਅਸੀਂ ਇਸ ਤਰ੍ਹਾਂ ਇਹਦੀ ਡਿਜ਼ਾਇਨ ਕਰ ਲੈਣ ਸਰ। ਇਸ ਸਾਰੀ ਅਸੀਂ ਡਿਜ਼ਾਇਨ ਕਰ ਲਈਏ। ਹੁਣ ਸਾਡਾ ਗਰਮ ਹੋਇਆ ਸੀ, ਪਤੀਲਾ ਉੱਤੇ ਰੱਖਿਆ ਸੀ, ਉਹ ਹੁਣ ਸਾਡਾ ਗਰਮ ਹੋਇਆ। ਇਹ 'ਚ ਨਾ ਮੈਂ ਪਲੇਟ ਰੱਖ ਦਿੱਤੀ ਸੀ ਸਿਲਵਰ ਦੀ ਨਾ, ਅਤੇ ਇਹ ਹੁਣ ਮੈਂ ਵਿੱਚ ਰੱਖ ਦਿੱਤੀ ਗਰਮ ਹੋ। ਇਹ ਹੁਣ ਸਾਡਾ ਕੋਈ 40 ਤੋਂ 45 ਮਿੰਟ ਤੱਕ ਤਿਆਰ ਹੋਇਆ। ਫਿਰ ਮੈਂ ਹੁਣ ਮੈਂ ਅਤੇ ਢੱਕਣ ਦੇ ਦਾਂਗੇ। ਫਿਰ ਹੁਣ ਸਾਡਾ ਗਰਮ ਹੋਇਆ, ਪਹਿਲਾਂ ਜ਼ਰਾ ਤੇਜ਼ ਗਰਮ ਰੱਖ 5 ਮਿੰਟ, ਫਿਰ ਉਹਦੇ ਬਾਅਦ ਸਲੋ ਦਮ ਵਾਲੀ ਅੱਗ 'ਤੇ ਕਰ। ਦੇਖੋ ਸਾਡਾ ਹੁਣ ਨਾ ਕੇਕ ਆ ਤਿਆਰ ਹੋ ਗਿਆ। ਦੇਖੋ ਬਿਲਕੁਲ ਆ ਖੁਸ਼ਕ ਸਾਡਾ ਨਿਕਲਿਆ ਬਾਹਰ। ਹੈ ਦੇਖੋ ਦੂਸਰੀ ਸਾਈਡ ਤੋਂ ਇੱਥੋਂ ਹੈ,
ਬਿਲਕੁਲ ਸਾਫ ਸਾਡਾ ਨਿਕਲਿਆ, ਕੇਕ ਸਾਡਾ ਤਿਆਰ ਹੋ ਗਿਆ। ਮੈਂ ਹੁਣ ਬਾਹਰ ਕੱਢ ਕੇ ਨਾ ਠੰਡਾ ਕਰਕੇ ਕੱਢ ਲੈਂਦੀ। ਮੈਂ ਨਾ ਹੁਣ ਅਸੀਂ ਕੇਕ ਬਾਹਰ ਕੱਢ ਲਿਆ, ਇਸੇ ਤਰ੍ਹਾਂ ਕੇਕ ਬਣਾਓ ਕਸਰਤ ਮੁਤਾਲਬ ਦੀ ਵਲਾਦਤ ਵਾ ਸਾਦ ਦੇ ਸਦਕੇ 'ਚ ਮੌਲਾ ਸਭ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਕਰ, ਮੌਲਾ ਅਲੀ ਦੇ ਬਾਪ ਦੇ ਮੁਹਾਫਜ਼ੇ ਇਸਲਾਮ ਦੇ ਹਜ਼ਰਤ ਅਬੂ ਤਾਲਬ ਨੇ ਜਿੰਨੀਆਂ ਕੁ ਰਸੂਲੇ ਪਾਕ ਦੀ ਹਿਫਾਜ਼ਤ ਕੀਤੀ ਨਾ, ਆਪਣੇ ਬੱਚਿਆਂ ਨੂੰ ਉਹਨਾਂ ਦੀ ਜਗ੍ਹਾ 'ਤੇ ਸਲਾਇਆ ਵਾ, ਔਰ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ, ਰਸੂਲੇ ਪਾਕ ਦੀ ਹਿਫਾਜ਼ਤ ਕੀਤੀ ਮੌਲਾ ਅਲੀ ਦੇ ਬਾਪ, ਉਹਨਾਂ ਦੇ ਸਦਕੇ ਸਭ ਦੀਆਂ ਪਰੇਸ਼ਾਨੀਆਂ ਦੂਰ ਹੋਣ। ਔਰ ਮੇਰੇ ਚੈਨਲ ਨੂੰ ਜੁਆਇਨ ਕਰੋ, ਓਕੇ ਕਰੋ, ਔਰ ਵੀਡੀਓ ਪੂਰੀ ਦੇ, ਫਿਰ ਅੱਲਾਹ ਹਾਫਿਜ਼। ਵੀਡੀਓ ਜ਼ਰੂਰ ਦੇਖੋ ਹਜ਼ਰਤ ਅਬੂ ਤਾਲਬ ਦੇ ਸਦਕੇ 'ਚ, ਮੌਲਾ ਸਭ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ। ਮੌਲਾ ਦੀ ਅੱਜ ਸਾਲ ਗਿਰਾਏ ਉਹਨੇ ਸ਼ਵਾਲ ਗਏ ਆ, ਮੌਲਾ ਦੀ ਅੱਜ ਸਾਲ ਗਿਰਾਏ ਉਸਨੇ ਇਸਲਾਮ ਦੀ ਸਾਲ ਗਿਰਾ, ਮੌਲਾ ਅਲੀ ਦੇ ਵੱਲ ਬਾਬੇ ਦੀ ਸਾਲ ਗਿਰਾ।